ਪੰਜਾਬ ਵਾਸੀਆਂ ਲਈ ਅੱਜ ਬਹੁਤ ਵੱਡਾ ਦਿਨ ਹੈ। ਦੇਸ਼ ਦੀ ਸਰਕਾਰ ਚੁਣਨ ਲਈ ਅੱਜ ਪੰਜਾਬ ਵਾਸੀ ਵੋਟ ਕਰਨਗੇ, ਆਪਣੀ ਵੋਟ ਦਾ ਇਸਤੇਮਾਲ ਕਰਨਗੇ, ਜਿਹਨੂੰ ਲੈ ਕੇ ਪ੍ਰਸ਼ਾਸਨ ਨੇ ਵੀ ਪੂਰੇ ਇੰਤਜ਼ਾਮ ਕੀਤੇ ਗਏ ਨੇ। ਅਗਰ ਫਰੀਦਕੋਟ ਲੋਕ ਸਭਾ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਫਰੀਦਕੋਟ ਲੋਕ ਸਭਾ ਹਲਕੇ ਦੇ ਵਿੱਚ 15,94,000 ਵੋਟਰ ਹੈ ਜਿਹੜੇ ਉਹ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਔਰ ਫਰੀਦਕੋਟ ਦੀ ਜਿੱਤ ਕਿਹਨੂੰ ਪ੍ਰਾਪਤ ਹੋਏਗੀ ਇਹ 4 ਤਰੀਕ ਨੂੰ ਦੱਸਿਆ ਜਾਵੇਗਾ, ਲੇਕਿਨ ਪ੍ਰਸ਼ਾਸਨ ਵੱਲੋਂ ਵੋਟਿੰਗ ਲਈ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ। ਕਈ ਜਗ੍ਹਾ 'ਤੇ ਪ੍ਰਸ਼ਾਸਨ ਵੱਲੋਂ ਬਹੁਤ ਵਧੀਆ ਮਾਡਲ ਬੂਥ ਬਣਾਏ ਗਏ ਨੇ। ਅਸੀਂ ਇਸ ਟਾਈਮ ਖੜ੍ਹੇ ਹਾਂ ਮੋਗਾ ਦੇ DM ਕਾਲਜ ਐਜੂਕੇਸ਼ਨ 'ਤੇ, ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਜਿਹੜਾ ਇਹ ਬੂਥ ਬਣਾਇਆ ਗਿਆ ਇਹ ਮਾਡਲ ਬੂਥ ਬਣਾਇਆ ਗਿਆ। ਅਗਰ ਤੁਸੀਂ ਇੱਥੋਂ ਐਂਟਰ ਕਰੋਗੇ ਤਾਂ ਤੁਹਾਨੂੰ ਐਂ ਲੱਗੇਗਾ ਕਿ ਕਿਸੇ ਫੰਕਸ਼ਨ ਦੇ ਵਿੱਚ ਜਾ ਰਹੇ ਹਾਂ, ਇਹ ਨਹੀਂ ਕਿਹਾ ਕਿ ਵੋਟ ਪਾਉਣ ਜਾ ਰਹੇ ਹੋ, ਕਿਸੇ ਫੰਕਸ਼ਨ 'ਚ ਜਾ ਰਹੇ ਹੋ, ਕਿਉਂਕਿ ਅੱਜ ਦਾ ਤਿਉਹਾਰ ਇੱਕ ਬਹੁਤ ਵੱਡਾ ਤਿਉਹਾਰ ਹੈ ਜਿਸ ਨੂੰ ਲੈ ਕੇ ਪ੍ਰਸ਼ਾਸਨ ਨੇ ਵੀ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ। ਅਗਰ ਮੋਗਾ ਜ਼ਿਲ੍ਹਾ ਦੀ ਗੱਲ ਕੀਤੀ ਜਾਵੇ ਤਾਂ ਮੋਗਾ ਜ਼ਿਲ੍ਹਾ ਦੇ ਵਿੱਚ 804 ਬੂਥ ਜਿਹੜੇ ਹੈ ਬਣਾਏ ਗਏ ਨੇ, ਔਰ ਮੋਗਾ ਵਿਧਾਨ ਸਭਾ ਹਲਕੇ ਦੇ ਵਿੱਚ ਤਕਰੀਬਨ 213 ਬੂਥ ਬਣਾਏ ਗਏ ਨੇ, ਔਰ ਅਲੱਗ ਅਲੱਗ ਬੂਥਾਂ ਦੇ ਵਿੱਚ ਅਲੱਗ ਅਲੱਗ ਸੁਵਿਧਾਵਾਂ ਜਿਹੜੀਆਂ ਵੋਟਰਾਂ ਨੂੰ ਦਿੱਤੀਆਂ ਗਈਆਂ, ਕਿਉਂਕਿ ਗਰਮੀ ਵੀ ਬਹੁਤ ਜ਼ਿਆਦਾ ਹੈ, ਗਰਮੀ ਨੂੰ ਲੈ ਕੇ ਵੀ ਪ੍ਰਸ਼ਾਸਨ ਨੇ ਖਾਸ ਅਹਿਤਿਆਤ ਰੱਖੇ ਹੋਏ ਨੇ। 7 ਵਜੇ ਤੋਂ ਜਿਹੜੀ ਹੈ ਵੋਟਿੰਗ ਸਟਾਰਟ ਹੋਏਗੀ ਔਰ ਸ਼ਾਮ 6 ਵਜੇ ਤੱਕ ਚੱਲੇਗੀ। ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਸਿਕਿਉਰਿਟੀ ਵੱਲੋਂ ਵੀ ਸਿਕਿਉਰਿਟੀ ਦੇ ਪੂਰੇ ਇੰਤਜ਼ਾਮ ਕੀਤੇ ਗਏ ਨੇ। ਹਾਲਾਂਕਿ ਹਜੇ ਸਮਾਂ ਪਿਆ ਵੋਟਿੰਗ ਸ਼ੁਰੂ ਹੋਣ ਦੇ ਵਿੱਚ, ਲੇਕਿਨ ਜਿਹੜੀਆਂ ਤਿਆਰੀਆਂ ਪ੍ਰਸ਼ਾਸਨ ਵੱਲੋਂ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ। ਮਾਡਲ ਬੂਥ ਕਿਸ ਤਰ੍ਹਾਂ ਦਾ ਤੁਹਾਨੂੰ ਉਹ ਵੀ ਦਿਖਾਵਾਂਗਾ ਕਿ ਦੇਖੋ ਟਾਟ ਵਿਛਾਇਆ ਹੋਇਆ ਤਾਂ ਕਿ ਕਿਸੇ ਨੂੰ ਵੀ ਇਹ ਨਾ ਲੱਗੇ ਕਿ ਬਹੁਤ ਵਧੀਆ ਮਾਹੌਲ ਦੇ ਵਿੱਚ, ਇੱਕ ਗ੍ਰੀਨ ਮਾਹੌਲ ਦੇ ਵਿੱਚ, ਗ੍ਰੀਨ ਬੂਥ ਮਾਹੌਲ ਦੇ ਵਿੱਚ ਲੋਕ ਇੱਥੇ ਆ ਕੇ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਕੂਲਰ ਲੱਗੇ ਹੋਏ ਨੇ ਗਰਮੀ ਤੋਂ ਬਚਣ ਲਈ, ਔਰ ਲੋਕਾਂ ਦੇ ਬਹਿਣ ਨੂੰ ਜਗ੍ਹਾ ਵੀ ਬਣਾਈ ਹੋਈ ਹੈ, ਟੈਂਟ ਵੀ ਲਗਾਇਆ ਹੋਇਆ, ਸ਼ਾਮਿਆਨਾ ਲਗਾਇਆ ਗਿਆ, ਟੈਂਟ ਲਗਾਇਆ ਗਿਆ, ਬੜੇ ਵਧੀਆ ਤਰੀਕੇ ਦੇ ਨਾਲ ਜਿਹੜਾ ਪ੍ਰਸ਼ਾਸਨ ਵੱਲੋਂ ਤਿਆਰੀਆਂ ਕੀਤੀਆਂ ਗਈਆਂ। ਕੁਰਸੀਆਂ ਲਗਾਈਆਂ ਗਈਆਂ, ਕੂਲਰ ਲਗਾਏ ਗਏ ਨੇ। ਅਗਰ ਲਾਈਨ ਲੰਬੀ ਹੁੰਦੀ ਹੈ ਤਾਂ ਤੁਸੀਂ ਇੱਥੇ ਬਹਿ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਸਕਦੇ ਹੋ, ਜਾਂ ਅਗਰ ਕੋਈ ਵੋਟਰ ਆਉਂਦਾ ਜਾਂ ਕੋਈ ਬਜ਼ੁਰਗ ਹੈ ਜਾਂ ਕੋਈ ਕਿਸੇ ਨੂੰ ਦਿੱਕਤ ਹੈ ਉਹ ਇੱਥੇ ਬਹਿ ਕੇ ਆਰਾਮ ਵੀ ਕਰ ਸਕਦਾ, ਔਰ ਉਸ ਤੋਂ ਬਾਅਦ ਜਿਹੜਾ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਇਸ ਰੈਂਪ ਤੋਂ ਜਾ ਕੇ ਅੱਗੇ ਜਿਹੜੇ ਬੂਥ ਬਣੇ ਹੋਏ ਆ ਉੱਥੇ ਆਪਣੀ ਵੋਟ ਦਾ ਇਸਤੇਮਾਲ ਕਰੇਗਾ। ਤੁਸੀਂ ਦੇਖ ਸਕਦੇ ਹੋ ਕਿ ਸ਼ਾਮਿਆਨਾ ਲੱਗਿਆ ਹੋਇਆ, ਗੁਬਾਰੇ ਲਗਾਏ ਗਏ ਨੇ, ਔਰ ਹਰ ਤਰ੍ਹਾਂ ਦੀ ਜਿਹੜੀ ਹੈ ਇੱਥੇ ਤਿਆਰੀ ਕੀਤੀ ਗਈ ਹੈ। 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਜਿਹੜਾ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਅਗਰ ਮੈਂ ਮੋਗਾ ਦੀ ਗੱਲ ਕਰਾਂ ਤਾਂ ਮੋਗਾ ਦੇ ਵਿੱਚ ਤਕਰੀਬਨ 804 ਮੋਗਾ ਜ਼ਿਲ੍ਹਾ ਦੇ ਵਿੱਚ 804 ਜਿਹੜੇ ਬੂਥ ਬਣਾਏ ਗਏ, ਇਹ ਵੀ ਦੱਸਿਆ ਜਾ ਰਿਹਾ ਕਿ 140 ਦੇ ਕਰੀਬ ਵਰਨੇਬਲ ਜਿਹੜੇ ਬੂਥ ਨੇ, ਔਰ ਇਹਦੇ ਲਈ 4200 ਤੋਂ ਉੱਪਰ ਜਿਹੜੇ ਹੈ ਸਿਵਲ ਪ੍ਰਸ਼ਾਸਨ ਦੇ ਕਰਮਚਾਰੀ ਅਧਿਕਾਰੀ ਲੱਗੇ ਹੋਏ ਹਨ। ਔਰ ਦੂਜੇ ਪਾਸੇ ਅਗਰ ਪੁਲਿਸ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ 2500 ਦੇ ਕਰੀਬ ਪੁਲਿਸ ਪ੍ਰਸ਼ਾਸਨ ਦੇ ਕਰਮਚਾਰੀ ਜਿਹੜੇ ਲੱਗੇ ਹੋਏ ਨੇ, ਨਾਲ ਦੀ ਨਾਲ ਜਿਹੜੀ ਹੈ ਪੈਰਾਮਿਲਟਰੀ ਫੋਰਸ ਵੀ ਲੱਗੀ ਹੋਈ ਹੈ, ਕਿਉਂਕਿ ਅੱਜ ਬਹੁਤ ਵੱਡਾ ਦਿਨ ਹੈ ਪੰਜਾਬ ਵਾਸੀਆਂ ਲਈ, ਕਿਉਂਕਿ ਅੱਜ ਆਪਣੀ ਵੋਟ ਦਾ ਇਸਤੇਮਾਲ ਕਰਕੇ ਪੰਜਾਬ ਵਾਸੀ ਇੱਕ ਨਵੀਂ ਸਰਕਾਰ, ਦੇਸ਼ ਦੀ ਸਰਕਾਰ ਚੁਣਨ ਜਾ ਰਹੇ ਨੇ, ਔਰ ਆਪਣਾ ਸੰਸਦ ਜਿਹੜਾ ਉਹ ਚੁਣਨ ਜਾ ਰਹੇ ਹੈ। ਉੱਪਰ ਦੀਆਂ ਤਸਵੀਰਾਂ ਵੀ ਦਿਖਾਵਾਂਗੇ, ਕਿਉਂਕਿ ਜਿੱਥੇ EVM ਮਸ਼ੀਨ ਅੰਦਰ ਪਈ ਹੈ ਉਸ ਬੂਥ ਦੇ ਬਾਅਦ ਤੁਹਾਨੂੰ ਦਿਖਾਵਾਂਗੇ। ਇੱਕ ਸੈਲਫੀ ਪੁਆਇੰਟ ਵੀ ਬਣਾਇਆ ਗਿਆ। ਅਗਰ ਗੱਲ ਕੀਤੀ ਜਾਵੇ ਤਾਂ ਚੋਣਾਂ ਦਾ ਪਰਵ, ਦੇਸ਼ ਦਾ ਗਰਵ, ਇਸ ਤਰ੍ਹਾਂ ਦਾ ਇੱਕ ਸੈਲਫੀ ਪੁਆਇੰਟ ਬਣਾਇਆ ਗਿਆ। ਅਗਰ ਕੋਈ ਵੀ ਵੋਟਰ ਆਉਂਦਾ, ਅਗਰ ਨਵੇਂ ਵੋਟਰ ਆਉਂਦੇ ਆ, ਨੌਜਵਾਨ ਵੋਟਰ ਆਉਂਦੇ ਆ, ਕਿਉਂਕਿ ਬੜਾ ਚਾਅ ਹੁੰਦਾ ਨਵੇਂ ਵੋਟਰਾਂ ਨੂੰ ਕਿ ਜਿਨ੍ਹਾਂ ਨੇ ਪਹਿਲੀ ਵਾਰ ਵੋਟ ਪਾਉਣੀ ਹੈ, ਇੱਕ ਉਹਨਾਂ ਵਾਸਤੇ ਇੱਕ ਅਲੱਗ ਜਿਹੜੀ ਹੈ ਤਿਆਰੀ ਹੁੰਦੀ ਹੈ ਕਿ ਇੱਥੇ ਅਗਰ ਆਉਣਗੇ ਆਪਣੀ ਸੈਲਫੀ ਪੁਆਇੰਟ 'ਤੇ ਪਿੱਛੇ ਖੜ ਕੇ ਫੋਟੋ ਵੀ ਆਪਣੀ ਲੈ ਸਕਦੇ ਆ। ਪੁਲਿਸ ਕਰਮੀ ਜਿਹੜੇ ਨੇ ਤੈਨਾਤ ਨੇ, ਹਰ ਤਰ੍ਹਾਂ ਦੀ ਤਿਆਰੀ ਜਿਹੜੀ ਕੀਤੀ ਗਈ ਹੈ। ਦੇਸ਼ ਦਾ ਗਰਵ, ਚੋਣਾਂ ਦਾ ਪਰਵ, ਇੱਕ ਬਹੁਤ ਵੱਡਾ ਤਿਉਹਾਰ ਹੈ ਜਿਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ, ਔਰ 7 ਵਜੇ ਦੇ ਕਰੀਬ ਜਿਹੜੀ ਹੈ ਇਹ ਵੋਟਿੰਗ ਸ਼ੁਰੂ ਹੋਵੇਗੀ। ਦੀਪਕ ਸਿੰਗਲਾ, ਨਿਊਜ਼ 18 ਮੋਗਾ।